ਚੇਅਰਮੈਨ ਸਾਹਿਬ, ਤੁਸੀਂ ਬੰਗਾ ਹਲਕੇ ਤੋਂ ਕਾਗਜ਼ ਦਾਖਲ ਕੀਤੇ ਆ ਐਮਐਲਏ ਦੀ ਸੀਟ ਲਈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਕਾਂਗਰਸ ਪਾਰਟੀ ਦਾ ਜੋ ਕਾਇਦਾ ਕਾਨੂੰਨ ਹੈ, ਉਹ ਪਹਿਲਾਂ ਐਪਲੀਕੇਸ਼ਨ ਲੈਂਦੇ ਆ, ਉਸ ਦੇ ਸੰਬੰਧ ਵਿੱਚ ਮੈਂ ਜੋ ਉਹਨਾਂ ਦੇ ਰੂਲ ਰੈਗੂਲੇਸ਼ਨ ਨੇ, ਚੰਡੀਗੜ੍ਹ ਵਿਖੇ ਮੈਂ ਐਪਲੀਕੇਸ਼ਨ ਦਿੱਤੀ ਹੈ ਜੀ ਬੰਗਾ ਕੰਸਟੀਚੁਐਂਸੀ ਲਈ, ਅਤੇ ਤਾਂ ਜੋ ਬੇਨਤੀ ਪੱਤਰ ਹੀ ਹੁੰਦਾ ਕਿ ਮੈਂ ਇਸ ਇਲਾਕੇ ਦੀ ਸੇਵਾ ਕਰਨਾ ਚਾਹੁੰਦਾ ਹਾਂ ਔਰ ਇੱਥੋਂ ਮੈਨੂੰ ਟਿਕਟ ਦਿੱਤੀ ਜਾਵੇ। ਸੋ ਕਿਹਨਾਂ ਕਿਹਨਾਂ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਮੈਦਾਨ ਵਿੱਚ ਉਤਰੋਗੇ? ਦੇਖੋ, ਸਭ ਤੋਂ ਮੇਨ ਜਿਹੜਾ ਮੁੱਦਾ ਹੈ ਉਹ ਡਿਵੈਲਪਮੈਂਟ ਹੈ, ਜੀ ਕਿਉਂਕਿ ਬੰਗਾ ਇਲਾਕਾ ਜਿਹੜਾ ਹੈ ਜ਼ਿਆਦਾਤਰ ਪੇਂਡੂ ਇਲਾਕਾ ਹੈ, ਇਹਦੇ ਵਿੱਚ ਮੈਕਸਿਮ ਪਿੰਡ ਹੀ ਨੇ, ਸ਼ਹਿਰ ਤਾਂ ਛੋਟਾ ਹੀ ਹੈ, ਔਰ ਪਿੰਡਾਂ ਦਾ ਜਿਹੜਾ ਵਿਕਾਸ ਹੈ ਉਹ ਮੇਰੀ ਪ੍ਰਾਇਓਰਟੀ ਹੋਏਗੀ। ਸ਼ਹਿਰ ਤਾਂ ਹੈ ਹੀ ਹੈ, ਜੀ ਇਸ ਦੇ ਨਾਲ ਜਿਹੜਾ ਗਰੀਬ ਵਰਗ ਹੈ ਜਾਂ ਮੱਧਮ ਵਰਗ ਹੈ ਉਹਨਾਂ ਦੀ ਜਿਹੜੀਆਂ ਸਮੱਸਿਆਵਾਂ ਨੇ ਉਹ ਹੱਲ ਕਰਨਾ ਮੇਰਾ ਮੇਨ ਮੁੱਦਾ ਹੋਵੇਗਾ, ਔਰ ਸਭ ਤੋਂ ਜਿਹੜੀ ਮੇਨ ਗੱਲ ਹੈਗੀ ਹੈ ਕਿ ਭਾਈਚਾਰਾ ਪੈਦਾ ਕਰਨਾ ਸਾਰੇ ਸਮਾਜ ਦੇ ਵਿੱਚ, ਸਾਰੇ ਵਰਗਾਂ ਦੇ ਵਿੱਚ ਇਹ ਜਿਹੜਾ ਤਾਲਮੇਲ ਪੈਦਾ ਕਰਾਉਣਾ ਹੈ, ਇਹ ਮੇਰੀ ਵੱਡੀ ਪ੍ਰਾਇਓਰਟੀ ਹੋਏਗੀ ਔਰ ਡਿਵੈਲਪਮੈਂਟ ਤਾਂ ਕਰਾਉਣੀ ਕਰਾਉਣੀ ਹੈ। ਸੋ ਕਿੰਨੀ ਦੇਰ ਤੋਂ ਤੁਸੀਂ ਕਾਂਗਰਸ ਦੇ ਵਿੱਚ ਸਮਾਂ ਮਾ ਰਹੇ ਹੋ ਆਪਣੀਆਂ? ਦੇਖੋ, ਮੇਰੇ ਫਾਦਰ ਸਾਹਿਬ ਵੀ, ਦਾਦਾ ਜੀ ਵੀ ਸਾਰੇ ਪੁਰਾਣੇ ਕਾਂਗਰਸੀ ਰਹੇ ਆ, ਡਿਕੇਡਸ ਤੋਂ, ਕਾਫੀ ਸਾਲਾਂ ਤੋਂ, ਮਤਲਬ ਸਾਡੇ ਬਜ਼ੁਰਗ ਜਿਹੜੇ ਕਾਂਗਰਸੀ ਰਹੇ ਆ, ਔਰ ਉਹਨਾਂ ਦੇ ਲੀਹਾਂ ਦੇ ਚੱਲਦਾ ਹੋਇਆ ਮੈਂ ਕਾਂਗਰਸ ਜੁਆਇਨ ਕੀਤੀ ਸੀ, ਤਾਂ ਜੋ ਮੈਂ ਕਾਂਗਰਸ ਜਿਹੜੀ ਹੈਗੀ ਔਰ ਸਾਰੇ ਵਰਗਾਂ ਲਈ ਕੰਮ ਕਰਦੀ ਹੈ, ਉਹ ਕਿਸੇ ਇੱਕ ਵਿਸ਼ੇਸ਼ ਵਰਗ ਦੇ ਲਈ ਨਹੀਂ ਹੈ, ਇਸ ਕਰਕੇ ਇਹ ਕਾਂਗਰਸ ਮੈਂ ਜੁਆਇਨ ਕੀਤੀ ਆਪਣੇ ਪੇਰੈਂਟਸ ਦੇ, ਆਪਣੇ ਦਾਦਾ ਸਾਰੇ ਬਜ਼ੁਰਗਾਂ ਦੇ ਬੇਸ ਦੇ ਉੱਤੇ। 2011 ਦੇ ਵਿੱਚ ਮੈਂ ਕਾਂਗਰਸ ਨੂੰ ਜੁਆਇਨ ਕੀਤਾ ਸੀ। ਦੇਖੋ, ਮੈਂ ਇੱਥੇ ਦਾ ਹੀ ਜੰਮਪਲ ਹਾਂ, ਮੇਰਾ ਪਿੰਡ ਗੁੰਨੂ ਬਜ਼ਾਰ ਆਇਆ, ਜੀ ਨਵਾਂਸ਼ਹਿਰ ਜ਼ਿਲ੍ਹਾ ਹੁੰਦਾ ਸੀ ਉਸ ਵੇਲੇ, ਤਹਿਸੀਲ ਬੰਗਾ ਨਹੀਂ ਸੀ ਬਣੀ, ਅਤੇ ਨਵਾਂਸ਼ਹਿਰ ਤਹਿਸੀਲ ਹੁੰਦੀ ਸੀ, ਜ਼ਿਲ੍ਹਾ ਜਲੰਧਰ ਹੁੰਦਾ ਸੀ, ਅਤੇ ਮੈਂ ਇਸੇ ਜ਼ਿਲ੍ਹੇ ਦਾ ਹਾਂ, ਮੇਰਾ ਪਿੰਡ ਗੁੰਨੂ ਬਜ਼ਾਰ ਆਇਆ, ਔਰ ਮੇਰੀ ਜਿਹੜੀ ਮੁੱਢਲੀ ਪੜ੍ਹਾਈ ਆ ਪਿੰਡ 'ਚ ਹੋਈ ਆ, ਔਰ ਉਸ ਤੋਂ ਬਾਅਦ ਮੈਂ ਨਵਾਂਸ਼ਹਿਰ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਕਾਲਜ ਵਿੱਚ ਪੜ੍ਹਾਈ ਕੀਤੀ ਹੈ, ਉਸ ਤੋਂ ਬਾਅਦ ਮੈਂ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਡਿਗਰੀ ਪ੍ਰਾਪਤ ਕੀਤੀ ਹੈ, ਉਸ ਤੋਂ ਬਾਅਦ ਮੈਂ ਮਾਸਟਰ ਆਫ ਇੰਜੀਨੀਅਰਿੰਗ ਲਈ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਦਾਖਲ ਹੋਇਆ ਸੀ, ਜਦੋਂ 1 ਸਾਲ ਮੈਂ ਲਗਾਇਆ ਉਸ ਤੋਂ ਬਾਅਦ ਮੈਨੂੰ ਨੌਕਰੀ ਮਿਲ ਗਈ ਸੀ ਪੰਜਾਬ ਸੀਵਰੇਜ ਬੋਰਡ ਦੇ ਵਿੱਚ, ਉੱਥੇ ਮੈਂ 8 ਸਾਲ ਨੌਕਰੀ ਕੀਤੀ। ਉਸ ਕਾ ਤਾਂ ਮੇਰਾ ਆਪਣਾ ਹੀ ਹੈ ਕਿਉਂਕਿ ਮੈਂ 8 ਸਾਲ ਇੱਥੇ ਸੀਵਰੇਜ ਬੋਰਡ ਵਿੱਚ ਕੰਮ ਕੀਤਾ, 8 ਸਾਲ ਮੈਂ ਸਰਦਾਰ ਦਿਲਬਾਗ ਸਿੰਘ ਦੇ ਨਾਲ PWBNR ਦੇ ਵਿੱਚ ਐਜ SDO ਕੰਮ ਕੀਤਾ, ਫਿਰ ਇੱਥੇ ਹੀ ਮੈਂ ਐਕਸ਼ਨ ਰਿਹਾ, ਔਰ ਸਾਰਾ ਇਲਾਕਾ ਸਾਰੇ ਲੋਕਾਂ ਦੇ ਨਾਲ, ਸਾਰੇ ਵਿਰਕਿਆਂ ਦੇ ਨਾਲ ਮੇਰਾ ਪਿਆਰ ਹੈ, ਔਰ ਇਹੀ ਮੇਰੀ ਖੁਆਇਸ਼ ਸੀ ਕਿ ਮੈਂ ਇੱਥੇ ਇੱਥੇ ਹੀ ਪੜ੍ਹਿਆ ਔਰ ਇੱਥੇ SDO ਰਿਹਾ, ਜੀ ਔਰ ਇੱਥੇ ਹੀ ਮੈਂ ਚਾਹੁੰਦਾ ਕਿ ਮੈਂ ਬੰਗਿਆ ਦੇ ਵਿੱਚ, ਮੈਨੂੰ ਜੇ ਕਾਂਗਰਸ ਪਾਰਟੀ ਮੌਕਾ ਦਿੰਦੀ ਹੈ ਤਾਂ ਉਹ ਮੈਨੂੰ ਟਿਕਟ ਦੇਵੇ, ਮੈਂ ਸੇਵਾ ਕਰਾਂ। ਸੋ 2022 ਦੀਆਂ ਚੋਣਾਂ ਵਿਧਾਨ ਸਭਾ ਦੇ ਵਿੱਚ ਤੁਸੀਂ ਉੱਤਰ ਮੰਗਾ ਸ਼ਹਿਰ ਤੋਂ ਅਪਲਾਈ ਕੀਤਾ ਹੈ, ਮੰਗਾ ਵਾਸੀਆਂ ਲਈ ਕੀ ਉਦੇਸ਼ ਨੇ, ਕੀ ਮੈਸੇਜ ਹੈ ਤੁਹਾਡੇ ਵੱਲੋਂ? ਦੇਖੋ, ਬੰਗਾ ਵਾਸੀਆਂ ਨੂੰ ਇਹੀ ਮੈਂ ਕਹਾਂਗਾ ਕਿ ਆਉਣ ਵਾਲੀ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ, ਮੈਂ ਚਾਹਾਂਗਾ ਕਿ ਬੇਦਾਗ ਲੋਕ ਜਿਹੜੇ ਨੇ ਔਰ ਜਿਹੜੇ ਸਮਾਜ ਦੇ ਪ੍ਰਤੀ, ਸਾਰੇ ਕੌਮਾਂ ਦੇ ਪ੍ਰਤੀ ਸਮਰਪਿਤ ਵਾ, ਉਹਨਾਂ ਦਾ ਸਾਥ ਦੇਣ ਤਾਂ ਜੋ ਡਿਵੈਲਪਮੈਂਟ ਦੇ ਕੰਮ ਹੋਣ, ਔਰ ਜਿਹੜਾ ਕੰਮ ਨੂੰ ਜਾਣਦਾ ਵੀ ਕੰਮ ਕਿੱਥੋਂ ਹੋਣਾ, ਕਿਹਨੇ ਕਰਨਾ, ਕਿਸ ਤੋਂ ਕਰਾਉਣਾ, ਕਿੱਦਾਂ ਕਰਾਉਣਾ, ਔਰ ਬਿਨਾਂ ਕਿਸੇ ਭੇਦਭਾਵ ਤੋਂ। ਫਿਰ ਅੱਗੇ ਦਫ਼ਤਰ ਹੁੰਦਾ ਸੀ ਡਾਕਟਰ ਅੰਬੇਡਕਰ ਭਵਨ, ਬੜੀ ਪ੍ਰੋਬਲਮ ਕ੍ਰੀਏਟ ਹੁੰਦੀ ਸੀ, ਸੋ ਇਸ ਕਰਕੇ ਉਹ ਹੱਲ ਕੀਤੀ ਆ। ਸੋ ਉਹਦੇ ਨਾਲ ਇਹ ਆ ਵੀ ਬੰਗਾ ਏਰੀਆ ਦੇ ਵਿੱਚ ਹੋਣ ਤੱਕ ਸਾਡੇ ਮਹਿਕਮੇ ਦੇ ਘੱਟੋ ਘੱਟ ਵੀ 91 ਕੇਸ ਜਿਹੜੇ ਹੈਗੇ ਆ ਉਹ ਸਬਸਿਡੀ ਦੇ ਤਿਆਰ ਹੋ ਗਏ, ਜਿਹਦੇ ਨਾਲ 9,10,000 ਰੁਪਈਆ ਜਿਹੜਾ ਉਹ ਤਾਂ ਸਬਸਿਡੀ ਹੀ ਮਿਲ ਜਾਣੀ ਆ, ਔਰ 60 ਲੱਖ ਦੇ ਜਿਹੜੇ ਕੇਸ ਹੈਗੇ ਆ ਉਹ ਬੈਂਕਾਂ ਨੇ ਲੋਨ ਦੇ ਦਿੱਤਾ, ਔਰ ਕਈ ਬੱਚਿਆਂ ਨੂੰ ਅਸੀਂ ਫੋਰਨ ਸਟੱਡੀ ਲਈ ਵੀ ਲੋਨ ਦਿੱਤਾ ਹੈ। ਸੋ ਇਸ ਤਰ੍ਹਾਂ ਇਹ ਤਾਂ ਇੱਕ ਛੋਟਾ ਜਿਹਾ ਕੰਮ ਸੀ, ਕਿਉਂਕਿ ਮੈਨੂੰ ਕਾਰਪੋਰੇਸ਼ਨ ਦਾ ਕੰਮ ਸੀ ਗਰੀਬਾਂ ਦੀ ਸੇਵਾ ਕਰਨਾ, ਜਦੋਂ ਮੈਨੂੰ ਪਾਰਟੀ ਟਿਕਟ ਦਿੰਦੀ ਆ ਔਰ ਵਾਹਿਗੁਰੂ ਕਰੇ ਮੈਂ MLA ਬਣ ਜਾਂਦਾ, ਫਿਰ ਕਿਉਂ ਮੈਂ ਸਾਰੇ ਮਹਿਕਮਿਆਂ ਤੋਂ ਕੰਮ ਕਰਾ ਸਕਦਾ ਤੁਹਾਡੇ ਨਾਲ ਕਰਕੇ। ਹੁਣ ਪਿੱਛੇ ਜਿਹਾ ਤੁਹਾਨੂੰ ਪਤਾ ਹੋਏਗਾ ਕਿ ਬਹਿਰਾਮ ਦੇ ਵਿੱਚ ਬੜੀ ਪ੍ਰੋਬਲਮ ਨੈਸ਼ਨਲ ਹਾਈਵੇ 'ਤੇ ਹੋਈ ਆ, ਜਿੱਥੇ ਕਿ ਬਹੁਤ ਐਕਸੀਡੈਂਟ ਹੁੰਦੇ ਸੀ, ਔਰ ਮੇਰੇ ਧਿਆਨ ਵਿੱਚ ਲੋਕਾਂ ਨੇ ਲਿਆਂਦਾ ਵੀ ਇਹ ਤਾਂ ਬਹੁਤ ਖਤਰਨਾਕ, ਇੱਥੇ ਬਹੁਤ ਐਕਸੀਡੈਂਟ ਹੋਏ ਆ, ਔਰ ਉਹ ਮੈਂ ਮੁੱਦਾ ਚੁੱਕਿਆ, ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੀ ਹੈ ਕਿ ਅੱਜ ਵੀ ਮੇਰੀ ਨੈਸ਼ਨਲ ਹਾਈਵੇ ਅਥਾਰਟੀ ਨਾਲ ਗੱਲ ਹੋਈ, ਕਹਿੰਦੇ ਵੀ ਹਾਂ ਜਿਹੜੀ ਤੁਹਾਡੀ ਪ੍ਰਪੋਜ਼ਲ ਸੀ ਉਹ ਓਕੇ ਹੋ ਗਈ ਆ, ਔਰ ਵਿਦਇਨ 6 ਮੰਥ ਜਾਣੀ 6 ਮਹੀਨੇ ਦੇ ਵਿੱਚ ਅਸੀਂ ਟੈਂਡਰ ਲਾ ਦਾਂਗੇ, ਔਰ ਇੱਕ ਵੱਡੀ
ਬੰਗਿਆਂ ਲਈ ਪ੍ਰਾਪਤੀ ਹੈ। ਇਲਾਕੇ ਦੇ ਲੋਕ ਬਹੁਤ ਦੁਖੀ ਸੀ ਔਰ ਇਸੇ ਤਰ੍ਹਾਂ ਬੰਗਿਆਂ ਦੇ ਵਿੱਚ ਜਿਹੜਾ ਨੈਸ਼ਨਲ ਹਾਈਵੇ ਦੇ ਵਿੱਚ ਡੈਮੋਲਿਸ਼ਨ ਹੋਈ ਆ, ਮਕਾਨ ਢਾਏ ਆ, ਉਹਨਾਂ ਦੇ ਮਕਾਨਾਂ ਦਾ ਮਲਬਾ ਮਿਲ ਗਿਆ ਪਰ ਜ਼ਮੀਨ ਦਾ ਮਲਬਾ ਨਾ ਮਿਲਿਆ। ਉਹ ਮੈਂ DC ਸਾਹਿਬ ਨੇ ਟੇਕ ਅਪ ਕੀਤਾ ਔਰ SDO ਨੇ ਟੇਕ ਅਪ ਕੀਤਾ ਔਰ ਇਹਦਾ ਨਤੀਜਾ ਇਹ ਹੋਇਆ ਵੀ ਕੇਸ ਜਿਹੜੇ ਹੁਣ ਨੇਪੜੇ ਚੜ੍ਹਨ ਵਾਲੇ ਆ। ਸੋ ਇਸ ਕਰਕੇ ਇਹ ਤਾਂ ਮੌਕਾ ਮਿਲਣ ਦੀ ਗੱਲ ਹੈ, ਜਦੋਂ ਮੈਨੂੰ ਮੌਕਾ ਮਿਲੂਗਾ, ਜੇ ਪਾਰਟੀ ਮੈਨੂੰ ਟਿਕਟ ਦਿੰਦੀ ਆ ਔਰ ਮੈਂ ਮਾਤਮਾ ਕਰੇ ਕਾਮਯਾਬ ਹੋ ਜਾਂਦਾ ਔਰ ਮੈਂ ਵੱਧ ਚੜ੍ਹ ਕੇ ਸੇਵਾ ਕਰਾਂਗਾ। ਇੱਥੇ ਦੀ ਬਹੁਤ ਸਾਰੀਆਂ ਪ੍ਰੋਬਲਮ ਹੈ, ਬੱਸ ਸਟੈਂਡ ਦਾ ਵੀ ਲੋਅ ਲਾਈਨ ਹੈਗਾ, ਹੋਰ ਵੀ ਕਈ ਇਹੋ ਰੈਸਟ ਹਾਊਸ ਇੱਥੇ ਕੋਈ ਨਹੀਂ ਹੈਗਾ, ਕਾਫੀ ਇਹੋ ਜਿਹੀ ਡਿਵੈਲਪਮੈਂਟ ਹੋਣ ਵਾਲੀ ਆ। ਸੋ ਬੰਗਾ ਇਲਾਕੇ ਲਈ ਕਾਫੀ ਡਿਵੈਲਪਮੈਂਟ ਦੀ ਲੋੜ ਹੈ। ਜਿਵੇਂ ਕਿ ਤੁਹਾਡੇ ਤੋਂ ਇਲਾਵਾ ਹੋਰ ਵੀ ਕੈਂਡੀਡੇਟਾਂ ਨੇ ਅਪਲਾਈ ਕੀਤਾ, ਉਹਨੂੰ ਲੈ ਕੇ ਕਿਵੇਂ ਦੇਖਦੇ ਹੋ? ਦੇਖੋ ਮੈਂ ਕਿਸੇ ਬਾਰੇ ਕੋਈ ਕਮੈਂਟ ਨਹੀਂ ਕਰਦਾ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਨੂੰ ਅਧਿਕਾਰ ਹੈ ਕਿ ਉਹ ਆਪਣਾ ਪੇਪਰ ਦਾਖਲ ਕਰੇ। ਇਹ ਤਾਂ ਪਾਰਟੀ ਹਾਈਕਮਾਂਡ ਨੇ ਦੇਖਣਾ ਕਿ ਕਿਹੜਾ ਬੰਦਾ ਜਿਹੜੀ ਸੇਵਾ ਹੈ ਸਮਾਜ ਦੀ ਵੱਧ ਚੜ੍ਹ ਕੇ ਕਰ ਸਕਦਾ ਔਰ ਕਿਹੜਾ ਬੰਦਾ ਜਿਹੜਾ ਲੋਕਾਂ ਦੇ ਨਾਲ ਮਿਲ ਕੇ ਥੱਲੇ ਲੈਵਲ ਤੋਂ ਉੱਪਰ ਤੱਕ ਜਾਂਦਾ। ਸੋ ਲੀਡਰ ਬਹੁਤ ਤਰ੍ਹਾਂ ਦੇ ਹੁੰਦੇ ਆ, ਇਸ ਕਰਕੇ ਮੈਂ ਤਾਂ ਬੇਨਤੀ ਕਰੂੰਗਾ ਹਾਈਕਮਾਂਡ ਨੂੰ ਜੇ ਉਹ ਠੀਕ ਸਮਝਣ ਵੀ ਹਾਂ ਵੀ ਇਹ ਬੰਦਾ ਕੰਮ ਕਰ ਸਕਦਾ ਹੈ ਔਰ ਲੋਕ ਇਹਨੂੰ ਚਾਹੁੰਦੇ ਆ ਤਾਂ ਫਿਰ ਤਾਂ ਕੋਈ ਗੱਲ ਨਹੀਂ ਹੈਗੀ, ਉਹਨਾਂ ਦੀ ਮਰਜ਼ੀ ਆ। ਇਸ ਕਰਕੇ ਮੈਂ ਤਾਂ ਅਰਜ਼ੀ ਦਿੱਤੀ ਆ, ਰਿਕੁਐਸਟ ਪਾਈ ਆ, ਬਾਕੀ ਉਹਨਾਂ ਨੇ ਦੇਖਣਾ ਆਪਣੇ ਸਿਸਟਮ 'ਚ ਪਾ ਕੇ ਵੀ ਹਾਂ ਵੀ ਸਾਡਾ ਇਹ ਸਿਸਟਮ ਜਾਂ ਲੋਕਾਂ ਦੇ ਪ੍ਰਤੀ ਇਸ ਕੰਮ ਕਰੇਗਾ ਜਾਂ ਨਹੀਂ ਕਰੇਗਾ। ਓਕੇ, ਧੰਨਵਾਦ।